ਮੇਰਾ ਜਿਹੜਾ ਕੰਨਾਂ ਦਾ ਭਾਰ ਚੁੱਕਣ ਵਾਲਾ ਟੈਲੈਂਟ ਹੈ ਇਹ ਸ਼ੌਕ ਕਰਕੇ ਮੈਨੂੰ ਕਈ ਵਾਰ ਥੋੜ੍ਹੀ ਬਹੁਤੀ ਫਿਜ਼ੀਕਲੀ ਪ੍ਰੋਬਲਮ ਵੀ ਆਈ ਹੈ ਮੇਰਾ ਨਾਮ ਰਜਿੰਦਰ ਕੁਮਾਰ ਹੈ ਅਤੇ ਮੈਨੂੰ ਜਿਵੇਂ ਕੰਨਾਂ ਨਾਲ ਭਾਰ ਚੁੱਕਣ ਵਾਲਾ ਕਹਿੰਦੇ ਨੇ ਈਅਰ ਵੇਟ ਲਿਫਟਰ ਨਾਲ ਦੇ ਨਾਂ ਨਾਲ ਲੋਕ ਮੈਨੂੰ ਜਾਣਦੇ ਨੇ ਫਸਟ ਆਫ ਆਲ ਮੈਂ ਆਪਣੇ ਆਪ ਨੂੰ ਵਾਰਮ ਅਪ ਕਰਦਾ ਅਲੱਗ ਅਲੱਗ ਤਰ੍ਹਾਂ ਦੀ ਐਕਸਰਸਾਈਜ਼ ਲਾ ਕੇ ਜਦੋਂ ਮੈਨੂੰ ਮੇਰਾ ਸਰੀਰ ਇੱਕਦਮ ਮਤਲਬ ਗਰਮ ਹੋ ਜਾਂਦਾ ਮੈਨੂੰ ਲੱਗਦਾ ਕਿ ਹੁਣ ਮੈਨੂੰ ਆਪਣਾ ਕੰਨਾਂ ਦਾ ਵਜਨ ਨਾਲ ਜਿਹੜੀ ਪ੍ਰੈਕਟਿਸ ਉਹ ਹੁਣ ਕਰਨੀ ਚਾਹੀਦੀ ਹੈ ਤਾਂ ਫਿਰ ਮੈਂ ਕੰਨਾਂ ਵਾਲਾ ਪ੍ਰੈਕਟਿਸ ਕਰਦਾ ਕੰਨਾਂ ਦਾ ਭਾਰ ਚੱਕਣ ਦੀ ਕੋਸ਼ਿਸ਼ ਕਰਦਾ ਅਤੇ ਉਹ ਫਿਰ ਮੈਨੂੰ ਜ਼ਿਆਦਾ ਬੈਟਰ ਲੱਗਦਾ ਮੈਂ ਆਪਣੇ ਕੰਨਾਂ ਨਾਲ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਕਿਲੋ 2 ਕਿਲੋ ਵੇਟ ਚੱਕਿਆ ਫਿਰ ਹੌਲੀ ਹੌਲੀ ਮੈਂ ਬਾਲਟੀ ਵਿੱਚ ਪਾਣੀ ਪਿਆ ਕੇ 5-7-10 ਕਿਲੋ ਤੱਕ ਕੀਤਾ ਗੇਨ ਕੀਤਾ ਫਿਰ ਉਸ ਤੋਂ ਬਾਅਦ ਮੈਂ ਹੌਲੀ 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 ਕਰਕੇ ਮੈਂ ਖਾਲੀ ਸਿਲੰਡਰ ਚੱਕਣਾ ਸ਼ੁਰੂ ਕੀਤਾ ਖਾਲੀ ਤੋਂ ਬਾਅਦ ਫਿਰ ਮੈਂ ਭਰਿਆ ਹੋਇਆ ਸਿਲੰਡਰ ਵੀ ਚੱਕਣਾ ਸ਼ੁਰੂ ਕਰ ਦਿੱਤਾ ਜੀ ਅੱਜ ਮੈਂ ਕਹਿ ਸਕਦੇ ਕਿ ਆਪਾਂ ਮੈਂ 80 ਕਿਲੋ ਤੱਕ ਵਜਨਾ ਮੈਂ ਆਰਾਮ ਨਾਲ ਚੱਕ ਲੈਂਦਾ ਇਹਦੇ ਵਿੱਚ ਮੈਨੂੰ ਥੋੜ੍ਹੀ ਜਿਹੀ ਕਈ ਵਾਰ ਪ੍ਰੋਬਲਮ ਵੀ ਆਈ ਹੈ ਕੰਨਾਂ ਦੀ ਜਿਵੇਂ ਕਿ ਕਈ ਵਾਰ ਮੈਂ ਵਜਨ ਚੱਕਣ ਲੱਗਾ ਤਾਂ ਵਜਨ ਚੱਕ ਵੀ ਲੈਂਦਾ ਮਤਲਬ ਕਈ ਕਈ ਦਿਨ ਮੇਰੇ ਕੰਨ ਦੁਖਦੇ ਰਹਿੰਦੇ ਨੇ ਜ਼ਖਮ ਹੋ ਜਾਂਦੇ ਨੇ ਕੰਨਾਂ 'ਤੇ ਇੱਕ ਵਾਰੀ ਨਹੀਂ ਮੰਨ ਲਓ ਕਈ ਵੀ ਕਹਿ ਸਕਦੇ ਕਿ ਮੇਰੇ ਵੇਟ ਚੱਕਣ ਲੱਗੇ ਮੇਰੇ ਚੇਨ ਮੇਰੀ ਕਮਜ਼ੋਰ ਸੀਗੀ ਤਾਂ ਵੇਟ ਥੋੜ੍ਹਾ ਜ਼ਿਆਦਾ ਪੈ ਗਿਆ ਤਾਂ ਜਦੋਂ ਮੈਂ ਚੱਕਣ ਲੱਗਾ ਤਾਂ ਮੇਰੇ ਵੇਟ ਚੇਨ ਟੁੱਟ ਕੇ ਵੇਟ ਮੇਰੇ ਪੈਰ 'ਤੇ ਲੱਗ ਗਿਆ ਸੀਗਾ ਅਤੇ ਉਹ ਫਿਰ ਮੇਰੇ ਪੈਰ 'ਤੇ ਦਰਦ ਹੁੰਦਾ ਰਿਹਾ ਮਤਲਬ ਪੱਟੀ ਹੋਈ ਕਾਫੀ ਦਿਨ ਮੈਨੂੰ ਪ੍ਰੋਬਲਮ ਰਹੀ ਇਹ ਅਤੇ ਮੈਂ ਆਪਣੇ ਕੰਨਾਂ ਨਾਲ ਕਾਰ ਵਗੈਰਾ ਖਿੱਚਣ ਦੀ ਵੀ ਪਹਿਲਾਂ ਕੋਸ਼ਿਸ਼ ਕੀਤੀ ਹੁਣ ਮੈਂ ਪਹਿਲਾਂ ਮੈਂ ਛੋਟਾ ਜਿਹਾ ਇੱਕ ਆਟੋ ਰਿਕਸ਼ਾ ਖਿੱਚਣ ਦੀ ਵੀ ਕੋਸ਼ਿਸ਼ ਕੀਤੀ ਸੀਗੀ ਉਸ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਅੱਗੇ ਗਿਆ ਮੈਨੂੰ ਲੱਗਿਆ ਕਿ ਮੈਂ ਈਜ਼ੀ ਕਰ ਲਿਆ ਦੈਨ ਮੈਂ ਉਸ ਤੋਂ ਬਾਅਦ ਆਪਣੇ ਕਾਰ ਕੰਨਾਂ ਨਾਲ ਖਿੱਚੀ ਸੀਗੀ ਇਸ ਸ਼ੌਕ ਦੇ ਨਾਲ ਕੰਨਾਂ ਦੇ ਭਾਰ ਜਿਹੜਾ ਚੱਕਦਾ ਮੈਂ ਇਸ ਸ਼ੌਕ ਨਾਲ ਫਿਰ ਮੈਨੂੰ ਹੌਲੀ ਹੌਲੀ ਮੈਨੂੰ ਲੋਕਾਂ ਦਾ ਪਿਆਰ ਮਿਲਣਾ ਸ਼ੁਰੂ ਹੋਇਆ ਫਿਰ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਅਤੇ ਮੇਰੇ ਨਾਲ ਫਿਰ ਫੋਟੋ ਵਗੈਰਾ ਸੈਲਫੀ ਵਗੈਰਾ ਲੈਂਦੇ ਨੇ ਅਤੇ ਮੈਨੂੰ ਇੱਕ ਸੈਲੀਬ੍ਰਿਟੀ ਦੀ ਤਰ੍ਹਾਂ ਮੈਨੂੰ ਮਹਿਸੂਸ ਹੁੰਦਾ ਫਿਰ ਉਹ ਮੈਨੂੰ ਸੈਲੀਬ੍ਰਿਟੀ ਦੀ ਤਰ੍ਹਾਂ ਮੈਂ ਟ੍ਰੀਟ ਕਰਦੇ ਨੇ ਮੈਨੂੰ ਅੱਛਾ ਲੱਗਦਾ